ਵੀਰੇ ਤੂੰ ਘਰ ਕਦੋਂ ਆਏਗਾ? ਮੇਰਾ ਵੀਰਾ ਗੁੰਮ ਗਿਆ, ਵੀਰਾ ਗੁੰਮ ਹੋ ਗਿਆ, ਵੀਰਾ ਗੁੰਮ ਗਿਆ। ਸਾਰਾ ਦਿਨ ਕੰਮ ਨਾ ਕਰਿਆ ਕਰੋ ਬੇਬੇ ਜੀ, ਸਾਰਾ ਦਿਨ ਕੰਮ ਨਾ ਕਰਿਆ ਕਰੋ ਬੇਬੇ ਜੀ। ਕੰਮ ਤਾਂ ਕਰਨਾ ਹੀ ਪੈਂਦਾ ਨਾ ਪੁੱਤ। ਅੱਛਾ ਤੁਹਾਡੀ ਰਿਟਾਇਰਮੈਂਟ ਕਿਹੜੇ ਸਨ ਚ? ਅੱਛਾ ਤੁਹਾਡੀ ਰਿਟਾਇਰਮੈਂਟ ਕਿਹੜੇ ਸਨ ਚ? ਮੈਂ ਸਾਰੇ ਦਿਨ ਫੂਡ ਦਾ ਜਿਹੜਾ ਟਰੱਕ ਆਉਂਦਾ ਉਹ ਲੇਟ ਹੋ ਗਿਆ ਸੀ ਥੋੜ੍ਹਾ ਜਿਹਾ, ਅਤੇ ਲੰਚ ਵਗੈਰਾ ਨਹੀਂ ਕੀਤਾ ਹੋਇਆ ਸੀ, ਅਤੇ ਮੈਂ ਬੱਬੂ ਭਾਅ ਜੀ ਦਾ ਸ਼ਾਮ ਪੈ ਗਈ ਅਤੇ ਸ਼ੂਟ ਚੱਲ ਰਿਹਾ ਸੀਗਾ, ਅਤੇ ਮੈਂ ਬੱਬੂ ਭਾਅ ਜੀ ਦਾ ਟਿਫਨ ਖੋਲ੍ਹ ਕੇ ਖਾ ਗਿਆ ਸੀਗਾ। ਬੇਬੇ ਮਾਈ ਗ੍ਰੈਂਡ ਮਦਰ ਮੱਥਾ ਟੇਕਦਾ, ਬੇਬੇ ਮਾਈ ਗ੍ਰੈਂਡ ਮਦਰ ਮੱਥਾ ਟੇਕਦਾ। ਫਿਰ ਮਜਬੂਰੀਆਂ ਬਹੁਤ ਕੁਛ ਕਰਾ ਦਿੰਦੀਆਂ, ਲਾਈਫ ਸਟਾਈਲ ਚੇਂਜ ਕਰ ਦਿੰਦੀਆਂ। ਜਦੋਂ ਤੁਸੀਂ ਸੌਖੇ ਹੁੰਦੇ ਹੋ ਉਦੋਂ ਲਿਵਿੰਗ ਸਟਾਈਲ ਤੁਹਾਡਾ ਹੋਰ ਹੁੰਦਾ, ਜਦੋਂ ਤੁਸੀਂ ਥੋੜ੍ਹੇ ਜਿਹੇ ਔਖੇ ਹੋ ਜਾਂਦੇ ਹੋ ਅਤੇ ਲਾਈਫ ਹੀ ਤੁਹਾਨੂੰ ਆਪਣੇ ਆਪ ਸਟਾਈਲ ਚੇਂਜ ਕਰਾ ਦਿੰਦੀ ਹੈ। ਇਹ ਕਦ ਤੱਕ ਚੱਲੇਗਾ ਕਿ 2 ਸਾਲ ਇੰਤਜ਼ਾਰ ਕਰ ਲਿਆ, ਕੋਈ ਕੰਮ ਨਹੀਂ ਆ ਰਿਹਾ, ਕੁਛ ਨਹੀਂ, ਤਾਂ ਕੁਛ ਤਾਂ ਕਰਨਾ ਹੀ ਪਏਗਾ। ਅਤੇ ਜੇਕਰ ਮੈਂ ਵੀ ਘਰ ਬਹਿ ਜਾਂਦਾ ਜਾਂ ਮੈਂ ਇੱਦਾਂ ਹੀ ਜ਼ਿੰਦਗੀ ਨੂੰ ਕੱਟਦਾ ਰਹਿੰਦਾ, ਇੱਧਰੋਂ ਫੜ ਲਿਆ ਉੱਧਰੋਂ ਫੜ ਲਿਆ ਅਤੇ ਜ਼ਿੰਦਗੀ ਚਲਾਉਂਦਾ ਰਹਿੰਦਾ, ਫਿਰ ਤਾਂ ਡਿਪਰੈਸ਼ਨ, ਸ਼ਾਇਦ ਮੈਂ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ। ਕਿ ਅਗਰ ਮੈਂ ਇੰਡਸਟਰੀ 'ਚ ਸੀਗਾ ਤਦ ਵੀ ਖੁਸ਼ ਸੀਗਾ, ਅੱਜ ਅਗਰ ਮੈਂ ਰੋਡ 'ਤੇ ਕੰਮ ਕਰ ਰਿਹਾ ਤਦ ਵੀ ਖੁਸ਼ ਹਾਂ। ਦੇਖੋ ਕਿਸੇ ਕੋਈ ਕਿਸੇ ਦੀ ਬਾਂਹ ਨਹੀਂ ਫੜਦਾ ਹੁੰਦਾ, ਆਪਣੀ ਬਾਂਹ ਖੁਦ ਹੀ ਫੜਨੀ ਪੈਂਦੀ, ਆਪਣਾ ਢਿੱਡ ਖੁਦ ਹੀ ਭਰਨਾ ਪੈਂਦਾ। ਕੰਮ ਨਹੀਂ ਮਿਲਿਆ ਜਾਂ ਮੌਕਾ ਨਹੀਂ ਸ਼ਾਇਦ ਲੱਗਿਆ, ਸ਼ਾਇਦ ਹੋਣ ਲੱਗ ਜੇ, ਬਟ ਕੋਈ ਇੰਨੀ ਉਹ ਨਹੀਂ ਹੈਗੀ। ਦੇਖੋ ਵਨ ਸਾਈਡਿਡ ਲਵ ਸਮਝ ਲਓ, ਜਿਹੜਾ ਪਿਆਰ ਕਰਦਾ ਹੁੰਦਾ ਜੀ, ਸਾਹਮਣੇ ਦੀ ਪਿਆਰ ਮਿਲੇ ਨਾ ਮਿਲੇ ਉਹ ਤਾਂ ਪਿਆਰ ਕਰਦਾ ਹੀ ਹੈ। ਸੋ ਮੇਰਾ ਪਿਆਰ ਤਾਂ ਜ਼ਿੰਦਾ ਹੀ ਰਹੇਗਾ। ਇੱਕ ਤਾਂ ਮੇਰੀ ਸਭ ਤੋਂ ਇਸ ਟਾਈਮ ਸਭ ਤੋਂ ਵੱਡਾ ਡਰੀਮ ਹੋਈ ਹੈ ਕਿ ਮੈਂ ਜਿਸ ਦਿਨ ਫ੍ਰੀ ਹੋਵਾਂ ਮੈਂ ਇੱਕ ਦਿਨ ਛੁੱਟੀ ਕਰਾਂ ਅਤੇ ਮੈਂ ਆਪਦੀ ਜ਼ਿੰਦਗੀ ਨੂੰ ਮਤਲਬ ਜੀ ਸਕਾਂ। ਮੈਨੂੰ ਇਸ ਟਾਈਮ ਇਹ ਨਹੀਂ ਪਤਾ ਦਿਨ ਕਦੋਂ ਚੜ੍ਹ ਰਿਹਾ, ਰਾਤ ਕਦੋਂ ਹੋ ਰਹੀ ਹੈ, ਮੈਂ 12-1 ਵਜੇ ਵੀ ਸੋਨਾ, 4-5 ਵਜੇ ਉੱਠ ਜਾਂਦਾ। ਸੋ ਮਤਲਬ ਬਸ ਉਹ ਮੇਰਾ ਇਸ ਟਾਈਮ ਸਭ ਤੋਂ ਵੱਡਾ ਡਰੀਮ ਤਾਂ ਉਹ ਹੈ। ਫਿਲਮਾਂ ਦੇ ਵਿੱਚ ਕੁਝ ਕਿਰਦਾਰ ਅਜਿਹੇ ਹੁੰਦੇ ਨੇ ਜਿਹੜੇ ਸਾਡੇ ਦਿਲਾਂ 'ਤੇ ਡੂੰਘੀ ਛਾਪ ਛੱਡ ਜਾਂਦੇ ਨੇ ਅਤੇ ਰਹਿੰਦੀ ਉਮਰ ਤੱਕ ਵੀ ਉਹ ਸਾਨੂੰ ਨਹੀਂ ਭੁੱਲਦੇ। ਅਤੇ ਅਜਿਹਾ ਇੱਕ ਕਿਰਦਾਰ ਸੀ ਹਸ਼ਰ ਫਿਲਮ ਦੇ ਵਿੱਚ, ਜੋ ਬੱਬੂ ਮਾਨ ਦੀ ਫਿਲਮ ਸੀ ਹਸ਼ਰ, ਉਸ ਦੇ ਵਿੱਚ ਕਾਕਾ ਦਾ, ਜਿਨ੍ਹਾਂ ਦਾ ਅਸਲ ਨਾਮ ਮਨਿੰਦਰ ਹੈ। ਹਾਲਾਂਕਿ ਫਿਲਮ ਦੇ ਵਿੱਚ ਬੱਬੂ ਮਾਨ ਦਾ ਨਾਮ ਮਨਿੰਦਰ ਸੀ ਅਤੇ ਕਾਕਾ ਉਰਫ ਮਨਿੰਦਰ ਅੱਜ ਕੱਲ੍ਹ ਰੇਹੜੀ ਲਾਉਂਦੇ ਨੇ ਖਾਣੇ ਦੀ, ਯਾਨੀ ਫੂਡ ਕਾਰਟ ਲਾਉਂਦੇ ਨੇ। ਆਓ ਮਿਲਵਾਉਂਦੇ ਅੱਜ ਤੁਹਾਨੂੰ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਪੁੱਛਣਾ ਤੁਹਾਨੂੰ ਐਕਟਿੰਗ ਦੇ ਨਾਲ ਨਾਲ ਕੁਕਿੰਗ ਦਾ ਵੀ ਸ਼ੌਂਕ ਹੈ, ਤਾਂ ਇਹ ਫੂਡ ਕਾਰਟ ਲਗਾਇਆ ਜਾਂ ਫਿਰ ਕੋਈ ਹੋਰ ਕਾਰਨ ਹੈ? ਨਹੀਂ ਜੀ, ਨਹੀਂ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਕਿ ਐਕਟਿੰਗ ਦੇ ਨਾਲ ਨਾਲ ਮੈਨੂੰ ਕੁਕਿੰਗ ਦਾ ਵੀ ਸ਼ੌਂਕ ਹੈ। ਥੋੜ੍ਹੀ ਬਸ ਮਜਬੂਰੀ ਦੇ ਵਿੱਚ ਕਾਰਟ ਲਗਾਉਣੀ ਪਈ। ਦਰਅਸਲ ਮੈਨੂੰ ਤਾਂ ਪਹਿਲੇ ਕੁਕਿੰਗ ਆਉਂਦੀ ਵੀ ਨਹੀਂ ਸੀਗੀ, ਵਿੱਚ ਫਾਦਰ ਸਾਹਿਬ ਮੇਰੇ ਮਤਲਬ ਉਹਨਾਂ ਨੇ ਸਟਾਰਟਅਪ ਕੀਤਾ ਸੀਗਾ, ਉਹ ਕੁਕਿੰਗ ਕਰਦੇ ਸੀਗੇ ਅਤੇ ਮੈਂ ਸੇਲ ਕਰਦਾ ਸੀਗਾ। ਅਤੇ ਫਿਰ ਇੱਕ ਵਾਰ ਥੋੜ੍ਹਾ ਜਿਹਾ ਫਾਦਰ ਸਾਹਿਬ ਢਿੱਲੇ 'ਚ ਪੈ ਗਏ ਸੀਗੇ, ਬਿਮਾਰ ਹੋ ਗਏ ਸੀਗੇ, ਅਤੇ ਫਿਰ 10-15 ਦਿਨ ਲਈ ਕਾਰਡ ਬੰਦ ਹੋ ਗਈ ਸੀਗੀ। ਤਦ ਮੈਨੂੰ ਮਹਿਸੂਸ ਹੋਇਆ ਕਿ ਯਾਰ ਮਤਲਬ ਖੁਦ ਨੂੰ ਵੀ ਇਹ ਕੰਮ ਵੀ ਆਉਣਾ ਜ਼ਰੂਰੀ ਹੈ। ਫਿਰ ਮੈਂ ਫਾਦਰ ਸਾਹਿਬ ਤੋਂ ਕੁਕਿੰਗ ਸਿੱਖੀ ਥੋੜ੍ਹੀ, ਅਤੇ ਹੁਣ ਅੱਜ ਅਗਰ ਉਹ ਨਹੀਂ ਹੁੰਦੇ ਜਾਂ ਬਾਹਰ ਹੁੰਦੇ ਜਾਂ ਢਿੱਲੇ ਮੱਠੇ ਹੁੰਦੇ ਤਾਂ ਮੈਂ ਕੁਕਿੰਗ ਖੁਦ ਕਰ ਲੈਂਦਾ। ਮਤਲਬ ਅੱਜ ਅਗਰ ਮੈਂ ਮਤਲਬ ਖੁਦ ਬਣਾਉਂਦਾ, ਇਹ ਕਈ ਚੀਜ਼ਾਂ ਫਾਦਰ ਸਾਹਿਬ ਬਣਾਉਂਦੇ ਆ, ਕਈ ਚੀਜ਼ਾਂ ਮੈਂ ਬਣਾ ਲੈਂਦਾ, ਕਿਉਂਕਿ ਸੈਟਅਪ ਵੱਡਾ ਕੀਤਾ, ਵੈਜ ਨੋਨ ਵੈਜ ਦੋਨੋਂ ਹੈਗੇ ਆ, ਅਤੇ 20-22 ਆਈਟਮਸ ਹੈਗੀਆਂ। ਅਤੇ ਇੰਨੀ ਛੇਤੀ 4 ਵਜੇ ਉੱਠ ਕੇ ਅਤੇ 9-9:30 ਵਜੇ ਅਸੀਂ ਇੱਥੇ ਆ ਜਾਂਦੇ ਹਾਂ। 5 ਘੰਟੇ ਦੇ ਵਿੱਚ ਇੰਨਾ ਸਭ ਕੁਛ ਇੱਕ ਬੰਦੇ ਦੇ ਲਈ ਥੋੜ੍ਹਾ ਔਖਾ ਹੁੰਦਾ। ਘਰ ਦੀ ਸਾਰੀ ਫੈਮਿਲੀ ਲੱਗੇ ਹੋਏ ਹਾਂ ਜੀ ਅਸੀਂ।
ਜਦੋਂ ਆਪਾਂ ਛੋਟੀ ਉਮਰ 'ਚ ਕੋਈ ਆਪਾਂ ਨੂੰ ਰੋਲ ਮਿਲ ਜਾਵੇ ਕਿਸੇ ਫਿਲਮ 'ਚ ਮਿਲ ਜਾਵੇ ਤਾਂ ਅੱਗੇ ਜਾਣ ਲਈ ਈਜ਼ੀ ਹੋ ਜਾਂਦਾ, ਕਈ ਤਾਂ ਲੋਕਾਂ ਦੀ ਉਮਰ ਨਿਕਲ ਜਾਂਦੀ ਹੈ ਕਿ ਉਹਨਾਂ ਨੂੰ ਰੋਲ ਹੀ ਨਹੀਂ ਮਿਲਦਾ ਫਿਲਮ ਦੇ ਵਿੱਚ, ਤੁਹਾਨੂੰ ਬੜੀ ਛੋਟੀ ਉਮਰ ਦੇ ਵਿੱਚ ਮਿਲਿਆ, ਪਰ ਉਸ ਤੋਂ ਬਾਅਦ ਉਹ ਕੰਟੀਨਿਊ ਨਹੀਂ ਹੋ ਪਾਈ ਉਹ ਚੀਜ਼। ਐਕਚੁਅਲ ਦੇ ਵਿੱਚ ਇਹ ਗੱਲ ਸੱਚੀ ਹੈ ਕਿ ਮੈਂ ਪਹਿਲੇ ਵੀ ਇਹ ਗੱਲ ਕਹੀ ਸੀਗੀ ਕਿ ਮੈਂ ਇੰਡਸਟਰੀ 'ਚ ਆਉਣ ਦੇ ਲਈ ਸਟਰਗਲ ਨਹੀਂ ਕੀਤੀ, ਅਤੇ ਸ਼ੌਂਕ ਸੀਗਾ ਅਤੇ ਪਰਮਾਤਮਾ ਨੇ ਸ਼ੌਂਕ ਬੜੀ ਛੇਤੀ ਪੂਰਾ ਕਰਤਾ ਸੀ ਮੇਰਾ, ਅਤੇ ਮੈਨੂੰ ਮੌਕਾ ਮਿਲ ਗਿਆ ਸੀਗਾ ਬਹੁਤ ਜਲਦੀ ਇੰਡਸਟਰੀ 'ਚ ਆਉਣ ਦਾ। ਉਸ ਤੋਂ ਬਾਅਦ ਵੀ ਮੈਂ ਕਾਫੀ ਕੰਮ ਕਰਦਾ ਰਿਹਾ ਇੰਡਸਟਰੀ ਦੇ ਵਿੱਚ, ਹਾਲਾਂਕਿ 2022 ਤੱਕ ਵੀ ਮੈਂ ਕੰਮ ਕਰਦਾ ਪਿਆ ਸੀਗਾ, ਅਤੇ ਬਸ ਇਹ ਆ ਵੀ ਚਲੋ ਟਾਵਾਂ ਟੱਪਾ ਕਿਤੇ ਨਾ ਕਿਤੇ ਕੰਮ ਆਈ ਜਾਂਦਾ ਸੀ, ਮੈਂ ਕਰੀ ਜਾਂਦਾ ਸੀ। 2 ਸਾਲ ਤੋਂ ਤਾਂ ਕੁਝ ਜ਼ਿਆਦਾ ਹੀ ਮਤਲਬ ਮੰਦਾ ਜਿਹਾ ਹੋ ਗਿਆ ਸੀਗਾ ਕਿ ਕੰਮ ਦਾ ਬਿਲਕੁਲ ਹੀ ਰਿਸਪੋਂਸ ਜਿਹੜਾ ਨਹੀਂ ਆ ਰਿਹਾ ਸੀ, ਅਤੇ ਫਿਰ ਥੋੜ੍ਹਾ ਜਿਹਾ ਪੈਸੇ ਦੀ ਤੰਗੀ ਸੀਗੀ, ਫਿਰ ਮੈਨੂੰ ਲੱਗਿਆ ਕਿ ਯਾਰ ਕੁਝ ਹੋਰ ਕੰਮ ਕਰ ਲੈਣਾ ਚਾਹੀਦਾ ਕਿ ਕਿੰਨੀ ਕੁ ਦੇਰ ਵੇਟ ਕੀਤੀ ਜਾਵੇ। ਫਿਰ ਦੈਨ ਮੈਂ ਇਹ ਮੇਰੇ ਫਾਦਰ ਸਾਹਿਬ ਨੇ ਅਤੇ ਮੈਂ ਮਿਲ ਕੇ ਸੈਟਅਪ ਸ਼ੁਰੂ ਕਰਵਾਇਆ ਹੋਇਆ ਸੀਗਾ ਪਹਿਲੇ, ਕਾਫੀ 4 ਸਾਲ ਤੋਂ ਚੱਲ ਰਿਹਾ ਸੀਗਾ, ਬਟ ਉਦੋਂ ਇਹ ਛੋਟਾ ਜਿਹਾ ਸੈਟਅਪ ਸੀਗਾ ਇੱਕ ਰਾਜਮਾਂਹ ਕੜੀ ਅਤੇ ਚਾਵਲ ਦਾ। ਅਤੇ ਫਿਰ ਮੈਨੂੰ ਹੋਰ ਕੁਝ ਸਮਝ ਨਹੀਂ ਆਇਆ, ਹੋਰ ਰਸਤੇ ਸਾਰੇ ਬੰਦ ਸੀਗੇ, ਫਿਰ ਮੈਂ ਆਪਦੀ ਕਾਰਟ ਨੂੰ ਹੀ ਸੰਭਾਲਣ ਦੀ ਸੋਚਿਆ ਵੀ ਮੈਂ ਇਹਨੂੰ ਹੀ ਸੰਭਾਲ ਲੈਂਦਾ। ਇਸ ਨੂੰ ਫਿਰ ਮੈਂ ਅੱਗੇ ਕੈਰੀ ਫੋਰਵਰਡ ਕੀਤਾ, ਪਹਿਲਾਂ ਇਦੋਂ ਪੂਰਾ ਅੱਗੇ ਸੈਟਅਪ ਵਧਾ ਤਾ ਹੌਲੀ ਹੌਲੀ ਕਰਦੇ। ਅੱਜ ਮੈਨੂੰ ਪ੍ਰੋਪਰ ਇਹਨੂੰ 2 ਸਾਲ ਹੋ ਗਏ ਮੈਨੂੰ ਟਾਈਮ ਦਿੰਦੇ ਨੂੰ। ਪਹਿਲੇ ਵੀ ਮੈਂ ਆ ਜਾਂਦਾ ਸੀਗਾ, ਸ਼ੂਟ ਚੱਲ ਰਿਹਾ ਸੀ, ਫ੍ਰੀ ਹੁੰਦਾ ਸੀ, ਮੈਂ ਆ ਜਾਂਦਾ ਸੀਗਾ ਦੇਖ ਲੈਂਦਾ ਸੀ, ਅਤੇ ਬਟ ਹੁਣ ਰੈਗੂਲਰ ਬੇਸਿਸ 'ਤੇ ਮੈਂ ਇਹ 2 ਸਾਲ ਤੋਂ ਰੈਗੂਲਰ ਬੇਸਿਸ 'ਤੇ ਕਰ ਰਿਹਾ। ਬਾਅਦ ਕਦੇ ਬੱਬੂ ਮਾਨ ਨਾਲ ਗੱਲ ਹੋਈ ਆ? ਹੁਣ ਤਾਂ ਤੁਹਾਡੇ ਇੰਟਰਵਿਊਜ਼ ਵੀ ਕਾਫੀ ਵਾਇਰਲ ਹੋ ਰਹੇ ਨੇ, ਤਾਂ ਕਿਸੇ ਹੋਰ ਆਰਟਿਸਟ ਨੇ ਅਪਰੋਚ ਕੀਤੀ ਹੋਵੇ? ਦੇਖੋ ਬਾਈ ਜੀ ਹੋਰਾਂ ਨਾਲ ਜਾਂ ਕਿਸੇ ਹੋਰ ਦੇ ਨਾਲ ਵੀ ਮੇਰੀ ਲਾਸਟ 2 ਸਾਲ ਤੋਂ ਤਾਂ ਗੱਲ ਨਹੀਂ ਹੋਈ। ਰਵਿੰਦਰ ਗਰੇਵਾਲ ਭਾਅ ਜੀ ਦੇ ਨਾਲ ਜ਼ਰੂਰ ਹੁੰਦੀ ਸੀਗੀ, ਉਹਨਾਂ ਨੂੰ ਪਤਾ ਸੀ ਵੀ ਮੈਂ ਇੱਦਾਂ ਕਾਰਡ ਚਲਾ ਰਿਹਾ। ਉਹਨਾਂ ਨੇ ਹੁਣ ਪਿੱਛੇ ਜੇ ਇੱਕ ਬਲਿਊ ਵੈਨ ਫਿਲਮ ਬਣਾਈ ਸੀਗੀ, ਸੀਰੀਜ਼ ਵਗੈਰਾ, ਅਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਉਹ 28 ਨਵੰਬਰ ਨੂੰ ਰਿਲੀਜ਼ ਹੋਈ ਸੀਗੀ, ਉਹਦੇ ਵਿੱਚ ਮੈਂ ਜ਼ਰੂਰ 1-2 ਦਿਨ ਦਾ ਕੰਮ ਕਰਕੇ ਆਇਆ ਸੀਗਾ। ਬਾਕੀ ਹਜੇ ਤੱਕ ਇੰਡਸਟਰੀ ਤੋਂ ਤਾਂ ਕੋਈ ਨਹੀਂ ਆਇਆ, ਜਾਂ ਨਾ ਕਿਸੇ ਨੇ ਕੋਈ ਖੈਰ ਖਬਰ ਮਤਲਬ ਕੋਈ ਹਾਲ ਚਾਲ ਪੁੱਛਿਆ ਜਾਂ ਖੈਰ ਖਬਰ ਲਈ ਹੈ। ਅਤੇ ਬਾਕੀ ਜੈ ਰੰਧਾਵਾ ਭਾਅ ਜੀ ਦਾ ਮੈਸੇਜ ਜ਼ਰੂਰ ਆਇਆ ਸੀ ਮੈਨੂੰ, ਪਰਸਨਲੀ ਵੀ ਆਇਆ ਅਤੇ ਇੰਸਟਾ 'ਤੇ ਵੀ ਆਇਆ ਸੀਗਾ ਕਿ ਬ੍ਰਦਰ ਨੈਕਸਟ ਮੂਵੀ 'ਚ ਆਪਾਂ ਇਕੱਠੇ ਕੰਮ ਕਰਾਂਗੇ। ਸੋ ਉਹਨਾਂ ਦਾ ਮੈਂ ਧੰਨਵਾਦ ਹਰ ਵਾਰੀ ਕਰਦਾ, ਅਤੇ ਉਹਨਾਂ ਦੇ ਵਰਡਸ ਹੀ ਮੇਰੇ ਲਈ ਮਤਲਬ ਮੈਨੂੰ ਹੌਂਸਲਾ ਦੇਣ ਲਈ ਮਤਲਬ ਇਨਫ ਹੈ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਪਹਿਲ ਤਾਂ ਕੀਤੀ। ਉਹ ਟਾਈਮ ਦੇ ਬੱਬੂ ਮਾਨ ਨਾਲ ਕੋਈ ਮੂਮੈਂਟਸ ਜਾਂ ਫਿਲਮ ਵਿੱਚ ਕੋਈ ਸਪੈਸ਼ਲ ਮੂਮੈਂਟਸ ਤੁਹਾਨੂੰ ਯਾਦ ਹੋਣ? ਕਾਫੀ ਮੂਮੈਂਟਸ ਹੁੰਦੇ ਮੈਮ, ਪਿਆਰ ਬਹੁਤ ਮਿਲਿਆ ਸੀ ਹਸ਼ਰ ਦੇ ਟਾਈਮ 'ਤੇ, ਅਤੇ ਬਹੁਤ ਬਚਪਨਾ ਵੀ ਸੀਗਾ ਮੇਰੇ ਦੇ ਵਿੱਚ ਉਦੋਂ ਮੇਰੇ ਵਿੱਚ। ਅਤੇ ਇੱਕ ਮੂਮੈਂਟ ਮੈਂ ਦੱਸਿਆ ਕਿ ਮੈਂ ਸਾਰੇ ਦਿਨ ਫੂਡ ਦਾ ਜਿਹੜਾ ਟਰੱਕ ਆਉਂਦਾ ਉਹ ਲੇਟ ਹੋ ਗਿਆ ਸੀ ਥੋੜ੍ਹਾ ਜਿਹਾ, ਅਤੇ ਲੰਚ ਵਗੈਰਾ ਨਹੀਂ ਕੀਤਾ ਹੋਇਆ ਸੀ, ਅਤੇ ਮੈਂ ਬੱਬੂ ਭਾਅ ਜੀ ਦਾ ਸ਼ਾਮ ਪੈ ਗਈ ਅਤੇ ਸ਼ੂਟ ਚੱਲ ਰਿਹਾ ਸੀਗਾ, ਅਤੇ ਮੈਂ ਬੱਬੂ ਭਾਅ ਜੀ ਦਾ ਟਿਫਨ ਖੋਲ੍ਹ ਕੇ ਖਾ ਗਿਆ ਸੀਗਾ। ਹਾਂਜੀ, ਹੁਣ ਕਰ ਸਕਦੇ ਨਾ ਇਹੋ ਜਿਹਾ? ਹੁਣ ਤਾਂ ਮਿਲੇ ਨਹੀਂ ਹੈ। ਹਾਂਜੀ, ਹੁਣ ਤਾਂ ਮੈਂ ਕਾਫੀ ਟਾਈਮ ਤੋਂ ਨਹੀਂ ਮਿਲਿਆ ਜੀ। ਹਾਂਜੀ, ਫੈਮਿਲੀ 'ਚ ਕੌਣ ਕੌਣ ਸਾਥ ਦਿੰਦਾ ਤੁਹਾਡਾ ਇਸ ਕੰਮ ਦੇ ਵਿੱਚ? ਮੇਰੀ ਹੋਲ ਫੈਮਿਲੀ ਜੀ, ਪੂਰੀ ਫੈਮਿਲੀ ਮੇਰਾ ਸਾਥ ਦੇ ਰਹੀ ਹੈ, ਮੇਰੀ ਵਾਈਫ, ਮੇਰੇ ਮੰਮੀ, ਮੇਰੇ ਪਾਪਾ, ਮੇਰੀ ਸਿਸਟਰ, ਈਵਨ ਜੀਜਾ ਜੀ ਜਦੋਂ ਛੁੱਟੀ ਹੁੰਦੀ ਉਹ ਵੀ ਆ ਜਾਂਦੇ ਆ, ਮੇਰਾ ਭਾਣਜਾ ਵੀ ਆ ਜਾਂਦਾ ਕਈ ਵਾਰੀ ਛੋਟਾ ਜਿਹਾ 10 ਸਾਲ ਦਾ, ਸੋ ਸਾਰੇ ਲੱਗੇ ਹੋਏ ਆ ਜੀ। ਜਦੋਂ ਆਪਾਂ ਇੱਕ ਮੂਵੀ 'ਚ ਚਲੇ ਜਾਂਦੇ ਹਾਂ ਨਾ, ਉਸ ਵੇਲੇ ਆਪਣੀਆਂ ਇੱਛਾਵਾਂ ਵੱਧ ਜਾਂਦੀਆਂ, ਕਹਿ ਲਓ ਰਹਿਣ ਦਾ ਲਾਈਫ ਸਟਾਈਲ ਹੈ ਨਾ, ਜ਼ਿੰਦਗੀ ਦਾ ਜਿਉਣ ਦਾ ਤਰੀਕਾ ਬਦਲ ਜਾਂਦਾ, ਆਪਾਂ ਜ਼ਿਆਦਾ ਖਰਚੇ ਵਾਲੇ ਹੋ ਜਾਂਦੇ ਹਾਂ, ਉਸ ਤੋਂ ਬਾਅਦ ਫਿਰ ਉਹ ਚੀਜ਼ਾਂ ਕੰਟੀਨਿਊ ਨਾ ਰਹਿਣ ਦਾ ਜ਼ਿੰਦਗੀ 'ਤੇ ਕੀ ਅਸਰ ਪੈਂਦਾ ਹੈ? ਨਹੀਂ, ਇਸ ਤਰ੍ਹਾਂ ਦਾ ਤਾਂ ਦੇਖੋ ਕੁਛ ਨਹੀਂ ਹੁੰਦਾ, ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨਾ ਬੰਦੇ 'ਤੇ,
ਅਤੇ ਉੱਪਰੋਂ ਦੀ ਕੰਮ ਧੰਦੇ ਥੋੜ੍ਹੇ ਜਿਹੇ ਡਾਊਨ ਹੋ ਜਾਂਦੇ ਆ, ਅਤੇ ਫਿਰ ਮਜਬੂਰੀਆਂ ਬਹੁਤ ਕੁਛ ਕਰਾ ਦਿੰਦੀਆਂ, ਲਾਈਫ ਸਟਾਈਲ ਚੇਂਜ ਕਰ ਦਿੰਦੀਆਂ। ਜਦੋਂ ਤੁਸੀਂ ਸੌਖੇ ਹੁੰਦੇ ਹੋ ਉਦੋਂ ਲਿਵਿੰਗ ਸਟਾਈਲ ਤੁਹਾਡਾ ਹੋਰ ਹੁੰਦਾ, ਜਦੋਂ ਤੁਸੀਂ ਥੋੜ੍ਹੇ ਜਿਹੇ ਔਖੇ ਹੋ ਜਾਂਦੇ ਹੋ ਤਾਂ ਲਾਈਫ ਹੀ ਤੁਹਾਨੂੰ ਆਪਣੇ ਆਪ ਸਟਾਈਲ ਚੇਂਜ ਕਰਾ ਦਿੰਦੀ ਹੈ। ਬਾਕੀ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਅਗਰ ਜਦੋਂ ਬਹੁਤ ਵਧੀਆ ਸਮਾਂ ਚੱਲ ਰਿਹਾ ਸੀਗਾ ਅਤੇ ਉਦੋਂ ਉਸ ਤਰ੍ਹਾਂ ਦੀ ਜ਼ਿੰਦਗੀ ਜੀ ਲਈ, ਅੱਜ ਅਗਰ ਔਖੀ ਜ਼ਿੰਦਗੀ ਹੈ ਤਾਂ ਮੈਂ ਉਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ, ਬਟ ਰੋ ਨਹੀਂ ਰਿਹਾ, ਹਾਏ ਹਾਏ ਨਹੀਂ ਕਰ ਰਿਹਾ, ਆਪਦੀ ਜ਼ਿੰਦਗੀ ਜੀ ਰਿਹਾ, ਖੁਸ਼ ਹਾਂ, ਕੋਈ ਦਿੱਕਤ ਨਹੀਂ ਹੈ ਇੱਦਾਂ ਕੋਈ। ਤੁਸੀਂ ਕਿਹਾ ਨਾ ਤੁਹਾਡੇ 'ਚ ਬੜੀ ਪੋਜ਼ਿਟਿਵਿਟੀ ਹੈ, ਹਾਲਾਂਕਿ ਕਈ ਆਰਟਿਸਟ ਵੀ ਅਸੀਂ ਦੇਖਿਆ ਕਿ ਡਿਪਰੈਸ਼ਨ 'ਚ ਚਲੇ ਜਾਂਦੇ ਆ, ਫਿਰ ਉਹ ਬਿਲਕੁਲ ਹੀ ਗਾਇਬ ਹੋ ਜਾਂਦੇ ਨੇ, ਕਾਫੀ ਸਮੇਂ ਬਾਅਦ ਆਉਂਦੇ ਨੇ। ਵੱਡੇ ਵੱਡੇ ਆਰਟਿਸਟ ਕਹਿੰਦੇ ਨੇ ਕਿ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀ, ਤਾਂ ਪੀੜ੍ਹੀ ਵਿੱਚ ਵੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ 'ਚ ਇਹ ਸਭ ਦੇਖਣ ਨੂੰ ਮਿਲਦਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਜਿਹੇ ਆਰਟਿਸਟ ਨੂੰ? ਦੇਖੋ, ਡਿਪਰੈਸ਼ਨ ਹੋਣਾ ਇਹ ਮਤਲਬ ਆਪਦੇ ਹੱਥ ਵਿੱਚ ਹੀ ਹੈ ਮੇਰੇ ਹਿਸਾਬ ਨਾਲ ਤਾਂ। ਜੇਕਰ ਅੱਜ ਮੈਂ ਗੱਲ ਕਰਾਂ ਕਿ ਲਾਈਫ ਨੇ ਬੜਾ ਔਖਾ ਸਮਾਂ ਦਿਖਾਤਾ ਅਤੇ ਹੱਥ ਤੰਗ ਰਿਹਾ ਬਹੁਤ, ਮੈਂ ਪਹਿਲੇ ਵੀ ਦੱਸਿਆ ਕਿ ਮੈਨੂੰ ਇੱਧਰੋਂ ਯਾਰਾਂ ਦੋਸਤਾਂ ਤੋਂ ਵੀ ਅਤੇ ਕੁਝ ਵਿਆਜੀ ਪੈਸਾ ਵੀ ਜਿਵੇਂ ਚੱਕਣਾ ਪਿਆ, ਲੇਕਿਨ ਹਾਲਾਂਕਿ ਮਤਲਬ ਮੈਂ ਤਾਂ ਫਿਰ ਕਹਿੰਦਾ ਵੀ ਮੈਂ ਬਹੁਤ ਛੇਤੀ ਮਤਲਬ ਮੈਨੂੰ ਸੋਚ ਆਈ ਕਿ ਮੇਰੀ ਸਮਝ ਨੇ ਮੈਨੂੰ ਕਿਹਾ ਕਿ ਯਾਰ ਇਹ ਰਸਤਾ ਠੀਕ ਨਹੀਂ ਹੈ ਅਤੇ ਇਹ ਕਦ ਤੱਕ ਚੱਲੇਗਾ, ਕਿ 2 ਸਾਲ ਇੰਤਜ਼ਾਰ ਕਰ ਲਿਆ, ਕੋਈ ਕੰਮ ਨਹੀਂ ਆ ਰਿਹਾ, ਕੁਛ ਨਹੀਂ, ਤਾਂ ਕੁਛ ਤਾਂ ਕਰਨਾ ਹੀ ਪਏਗਾ। ਅਤੇ ਜੇਕਰ ਮੈਂ ਵੀ ਘਰ ਬਹਿ ਜਾਂਦਾ ਜਾਂ ਮੈਂ ਇੱਦਾਂ ਹੀ ਜ਼ਿੰਦਗੀ ਨੂੰ ਕੱਟਦਾ ਰਹਿੰਦਾ, ਇੱਧਰੋਂ ਫੜ ਲਿਆ ਉੱਧਰੋਂ ਫੜ ਲਿਆ ਅਤੇ ਜ਼ਿੰਦਗੀ ਚਲਾਉਂਦਾ ਰਹਿੰਦਾ, ਫਿਰ ਤਾਂ ਡਿਪਰੈਸ਼ਨ, ਸ਼ਾਇਦ ਮੈਂ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ। ਜਦੋਂ ਤੁਸੀਂ ਡਿਪਰੈਸ਼ਨ ਦਾ ਕਾਰਨ ਸਭ ਤੋਂ ਵੱਡਾ, ਜਦੋਂ ਤੁਸੀਂ ਵਿਹਲੇ ਹੋ ਜਾਓ ਅਤੇ ਕੋਈ ਕੰਮ ਧੰਦਾ ਨਾ ਕਰੋ। ਮੈਂ ਇਹ ਗੱਲ ਹਮੇਸ਼ਾ ਕਹਿੰਦਾ ਹੁੰਦਾ ਵੀ ਖਾਲੀ ਦਿਮਾਗ ਸ਼ੈਤਾਨ ਦਾ ਘਰ। ਜਦੋਂ ਤੁਹਾਡਾ ਦਿਮਾਗ ਖਾਲੀ ਹੋਏਗਾ ਨਾ, ਤੁਸੀਂ ਕੁਛ ਨਾ ਕੁਛ ਪੁੱਠੇ ਸਿੱਧੇ ਕੰਮ ਜਾਂ ਕੁਛ ਨਾ ਕੁਛ ਸੋਚਦੇ ਰਹੋਗੇ ਅਤੇ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਓਗੇ। ਹੁਣ ਮੈਂ ਆਪਦੇ ਆਪ ਨੂੰ ਬਿਜ਼ੀ ਇੰਨਾ ਕੀਤਾ, ਤੁਸੀਂ ਦੇਖ ਸਕਦੇ ਹੋ, ਮੇਰੇ ਕੋਲ ਇੰਟਰਵਿਊ ਦਾ ਵੀ ਹਾਲੇ ਟਾਈਮ ਨਹੀਂ ਸੀ, ਮੈਂ ਬਹੁਤ ਔਖਾ, ਮੈਂ ਹਾਲੇ ਵਾਰ ਵਾਰ ਉੱਧਰ ਹੀ ਦੇਖ ਰਿਹਾ। ਸੋ ਪਰਮਾਤਮਾ ਨੇ ਇਸ ਕੰਮ 'ਚ ਹੀ ਮੇਰੇ ਇੰਨੀ ਬਰਕਤ ਪਾਤੀ ਹੈ ਅਤੇ ਮੈਂ ਇੱਧਰ ਹੀ ਬਿਜ਼ੀ ਇੰਨਾ ਹੋ ਗਿਆ, ਮੈਂ ਹੋਰ ਚੀਜ਼ਾਂ ਬਾਰੇ ਕੋਈ ਸੋਚਦੇ ਨਹੀਂ ਹਾਂ। ਅਤੇ ਜਿਹੜੇ ਵਿਹਲੇ ਹੈਗੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਵੀ ਮਿਹਨਤ ਕਰੋ, ਮਿਹਨਤ ਦਾ ਫਲ ਮਿਲਦਾ, ਦਾਤਾ ਮਿਹਨਤ ਦਾ ਫਲ ਦਿੰਦਾ। ਰੁੱਖੀ ਮਿੱਸੀ ਨਾਲੋਂ ਕੁਝ ਚੰਗਾ ਖਾ ਲਓਗੇ ਜਾਂ ਮਿਹਨਤ ਕਰੋਗੇ ਤਾਂ 2 ਪੈਸੇ ਜੇਬ ਦੇ ਵਿੱਚ ਆਉਣਗੇ। ਵਿਹਲੇ ਰਹਿ ਕੇ ਜਾਂ ਨਸ਼ੇ ਪੱਤੇ ਕਰਕੇ ਜਾਂ ਕੋਈ ਹੋਰ ਗਲਤ ਕੰਮ ਕਰਕੇ ਜ਼ਿੰਦਗੀ ਕੱਟੋਗੇ, ਐਂਡ ਜ਼ਿੰਦਗੀ ਔਖੀ ਹੋ ਜਾਏਗੀ, ਬਹੁਤ ਜ਼ਿਆਦਾ ਔਖੀ ਹੋ ਜਾਏਗੀ। ਜ਼ਿੰਦਗੀ ਜਿੰਨੀ ਆਸਾਨ ਰਹੇ ਉਨਾ ਵਧੀਆ, ਜੋ ਵੀ ਕੰਮ ਕਰੋ ਉਹਦੇ 'ਚ ਖੁਸ਼ ਰਹੋ, ਵਧੀਆ ਰਹੋ ਅਤੇ ਜ਼ਿੰਦਗੀ ਬੜੀ ਮਜ਼ੇਦਾਰ ਲੱਗੇਗੀ। ਮੈਂ ਅੱਜ ਬਹੁਤ ਖੁਸ਼ ਹਾਂ, ਮੈਨੂੰ ਕੋਈ ਤਕਲੀਫ ਨਹੀਂ ਹੈ, ਕਿ ਅਗਰ ਮੈਂ ਇੰਡਸਟਰੀ 'ਚ ਸੀਗਾ ਤਦ ਵੀ ਖੁਸ਼ ਸੀਗਾ, ਅੱਜ ਅਗਰ ਮੈਂ ਰੋਡ 'ਤੇ ਕੰਮ ਕਰ ਰਿਹਾ ਤਦ ਵੀ ਖੁਸ਼ ਹਾਂ। ਦੇਖੋ, ਕੋਈ ਕਿਸੇ ਦੀ ਬਾਂਹ ਨਹੀਂ ਫੜਦਾ ਹੁੰਦਾ, ਆਪਣੀ ਬਾਂਹ ਖੁਦ ਹੀ ਫੜਨੀ ਪੈਂਦੀ, ਆਪਣਾ ਢਿੱਡ ਖੁਦ ਹੀ ਭਰਨਾ ਪੈਂਦਾ। ਅਤੇ ਇਸ ਕਰਕੇ ਕਿਸੇ ਤੋਂ ਆਸ ਲਾਉਣ ਨਾਲੋਂ ਚੰਗਾ ਨਾ ਕਿ ਮੈਂ ਆਪਦਾ ਕੰਮ ਕਰ ਰਿਹਾ। ਕਾਕਾ ਲਈ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਕਿਹੋ ਜਿਹੀ ਹੈ? ਦੇਖੋ, ਮੇਰੇ ਲਈ ਤਾਂ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਮੇਰਾ ਪਹਿਲੇ ਤਾਂ ਪੈਸ਼ਨ ਹੈ, ਫਿਰ ਮੇਰਾ ਪਰਿਵਾਰ ਹੈ, ਠੀਕ ਹੈ ਜੀ, ਮੇਰਾ ਪਿਆਰ ਵੀ ਹੈ। ਮੈਂ ਅਗਰ ਉਸ ਇੰਡਸਟਰੀ ਦਾ ਅੱਜ ਹਿੱਸਾ ਹਾਂ ਜਾਂ ਨਹੀਂ ਹਾਂ, ਲੇਕਿਨ ਮੇਰੇ ਲਈ ਉਹ ਇੰਡਸਟਰੀ ਜਦੋਂ ਜਦੋਂ ਗਰੋ ਕਰੇਗੀ, ਮੈਨੂੰ ਦਿਲ ਤੋਂ ਖੁਸ਼ੀ ਹੁੰਦੀ ਹੈ। ਜੈ ਰੰਧਾਵਾ ਭਾਅ ਜੀ ਦੀ ਪੋਸਟ ਮੈਂ ਪਾਈ ਸੀ, ਰਿਵਿਊ ਪਾਇਆ ਸੀਗਾ ਜਦੋਂ ਉਹਨਾਂ ਦੀ ਮੈਡਲ ਆਈ ਸੀਗੀ, ਅਤੇ ਮੈਂ ਉਦੋਂ ਵੀ ਪਾਇਆ ਸੀ ਕਿ ਫਿਲਮ ਨੇ ਮਤਲਬ ਇੱਕ ਪੰਜਾਬੀ ਸਿਨੇਮੇ ਲਈ ਇਹ ਬਹੁਤ ਅਲੱਗ ਫਿਲਮ ਸੀਗੀ। ਮੁੜ ਉਹਨਾਂ ਦੀ ਜੱਟ ਵਿਗੜ ਗਿਆ ਆਈ, ਉਹਦੇ 'ਤੇ ਵੀ ਰਿਵਿਊ ਪਾਇਆ,
ਤੇ ਮਤਲਬ ਪੰਜਾਬੀ ਸਿਨੇਮਾ ਤਾਂ ਮਤਲਬ ਮੇਰੇ ਮਰਦੇ ਦਮ ਤੱਕ ਮੇਰੇ ਅੰਦਰ ਹੀ ਰਹੇਗਾ ਨਾ। ਪਿਆਰ ਹੈ ਪਰ ਤੁਹਾਡੇ ਉਸ ਪਿਆਰ ਨੇ ਪੰਜਾਬੀ ਸਿਨੇਮਾ ਨੇ ਤੁਹਾਡਾ ਸਾਥ ਦਿੱਤਾ? ਦੇਖੋ ਕੋਈ ਗੱਲ ਨਹੀਂ, ਸਮਾਂ ਹੁੰਦਾ ਸ਼ਾਇਦ ਸਾਥ ਇੰਨਾ ਲਿਖਿਆ ਹੋਣਾ, ਇਹ ਉਹਨਾਂ ਵੱਲੋਂ ਹੈ ਕਿ ਕੰਮ ਨਹੀਂ ਮਿਲਿਆ ਜਾਂ ਮੌਕਾ ਨਹੀਂ ਸ਼ਾਇਦ ਲੱਗਿਆ, ਸ਼ਾਇਦ ਹੁਣ ਲੱਗ ਜੇ, ਬਟ ਕੋਈ ਇੰਨੀ ਉਹ ਨਹੀਂ ਹੈਗੀ। ਦੇਖੋ ਵਨ ਸਾਈਡਿਡ ਲਵ ਸਮਝ ਲਓ, ਜਿਹੜਾ ਪਿਆਰ ਕਰਦਾ ਹੁੰਦਾ ਜੀ ਸਾਹਮਣੋਂ ਦੀ ਪਿਆਰ ਮਿਲੇ ਨਾ ਮਿਲੇ ਉਹ ਤਾਂ ਪਿਆਰ ਕਰਦਾ ਹੀ ਹੈ, ਸੋ ਮੇਰਾ ਪਿਆਰ ਤਾਂ ਜ਼ਿੰਦਾ ਹੀ ਰਹੇਗਾ ਜੀ। ਸੁਪਨੇ ਕੀ ਨੇ ਤੁਹਾਡੇ ਆਉਣ ਵਾਲੇ, ਆਪਣੇ ਪ੍ਰੋਜੈਕਟਸ ਨੂੰ ਲੈ ਕੇ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ ਜਾਂ ਕੋਈ ਹੋਰ ਸੁਪਨਾ ਹੋਵੇ ਆਪਣਾ? ਦੇਖੋ ਸੁਪਨਾ ਫਿਲਹਾਲ ਤਾਂ ਮੇਰਾ ਇਹ ਸਭ ਤੋਂ ਵੱਡਾ ਸੁਪਨਾ ਹੈ ਕਿ ਮੈਂ ਇੱਕ ਵਾਰ ਆਪਦੇ ਜੋ ਵੀ ਮੇਰੇ 'ਤੇ ਮਾੜਾ ਮੋਟਾ ਬੋਝ ਹੈ ਲੋਨ ਦਾ ਜਾਂ ਕਰਜ਼ੇ ਦਾ, ਇਹ ਇੱਕ ਵਾਰ ਫ੍ਰੀ ਹੋ ਜੇ, ਮੈਂ ਇੱਕ ਦਿਨ ਛੁੱਟੀ ਕਰਕੇ ਨਾ ਸੁੱਖ ਦਾ ਮਤਲਬ ਸਾਹ ਲੈ ਕੇ ਇੱਕ ਚੈਨ ਦਾ ਸਾਹ ਲੈਣਾ ਚਾਹੁੰਦਾ। ਮਤਲਬ ਮੈਂ ਬਹੁਤ ਥੱਕ ਚੁੱਕਾ, ਮੈਂ ਰੈਗੂਲਰ ਕੰਮ ਕਰ ਰਿਹਾ ਵਿਦਆਊਟ ਛੁੱਟੀ, ਅਤੇ ਇਸ ਕਰਕੇ ਇੱਕ ਤਾਂ ਮੇਰੀ ਸਭ ਤੋਂ ਇਸ ਟਾਈਮ ਸਭ ਤੋਂ ਵੱਡਾ ਡਰੀਮ ਉਹੀ ਹੈ ਕਿ ਮੈਂ ਜਿਸ ਦਿਨ ਫ੍ਰੀ ਹੋਵਾਂ ਮੈਂ ਇੱਕ ਦਿਨ ਛੁੱਟੀ ਕਰਾਂ ਅਤੇ ਮੈਂ ਆਪਦੀ ਜ਼ਿੰਦਗੀ ਨੂੰ ਮਤਲਬ ਜੀ ਸਕਾਂ। ਮੈਨੂੰ ਇਸ ਟਾਈਮ ਇਹ ਨਹੀਂ ਪਤਾ ਦਿਨ ਕਦੋਂ ਚੜ੍ਹ ਰਿਹਾ, ਰਾਤ ਕਦੋਂ ਹੋ ਰਹੀ ਹੈ, ਮੈਂ 12-1 ਵਜੇ ਵੀ ਸੋਨਾ, 4-5 ਵਜੇ ਉੱਠ ਜਾਂਦਾ, ਸੋ ਮਤਲਬ ਬਸ ਉਹ ਮੇਰਾ ਇਸ ਟਾਈਮ ਸਭ ਤੋਂ ਵੱਡਾ ਡਰੀਮ ਤਾਂ ਉਹ ਹੈ ਕਿ ਜਿਸ ਦਿਨ ਮੈਂ ਆਪਦੇ ਸਾਰੇ ਸਿਸਟਮ ਤੋਂ ਮੁਕਤ ਹੋ ਜਾਂ ਉਸ ਦਿਨ ਇੱਕ ਦਿਨ ਮੈਂ ਚੈਨ ਦਾ ਜੀਣਾ ਚਾਹੁੰਦਾ, ਜਿਸ ਦਿਨ ਮੈਨੂੰ ਲੱਗੇ ਯਾਰ ਹੁਣ ਮੈਂ ਰਿਲੈਕਸ ਹਾਂ। ਬਸ ਉਮੀਦ ਕਰਦੇ ਹਾਂ ਕਿ ਰੱਬ ਤੁਹਾਨੂੰ ਰੰਗ ਭਾਗ ਲਾਵੇ, ਤੁਹਾਨੂੰ ਜਿਹੋ ਜਿਹਾ ਸਾਨੂੰ ਇੱਕ ਕਰੈਕਟਰ ਤੁਸੀਂ ਯਾਦ ਕਰ ਦਿੱਤਾ, ਤੁਹਾਡੀ ਜ਼ਿੰਦਗੀ 'ਚ ਤੁਹਾਡੇ ਹਿੱਸੇ ਅਜਿਹੇ ਬਹੁਤ ਸਾਰੇ ਕਰੈਕਟਰ ਜ਼ੋਨ, ਅਤੇ ਮੈਂ ਜਾਂਦੀ ਜਾਂਦੀ ਕਹੂੰਗੀ ਕਿ ਸਾਨੂੰ ਇੱਕ ਵਾਰ ਡਾਇਲੋਗ ਜ਼ਰੂਰ ਸੁਣਾ ਦਿਉ ਤੁਹਾਡਾ ਜੋ ਫੇਮਸ ਸੀ ਫਿਲਮ ਦੇ ਵਿੱਚ। ਹੈਲੋ ਵੀਰੇ ਤੂੰ ਕਿੱਥੇ ਹੈ? ਵੀਰਾ ਤਾਂ ਕਿਸੇ ਨਾਲ ਲੜ ਰਿਹਾ। ਵੀਰੇ ਤੂੰ ਘਰ ਕਦੋਂ ਆਏਗਾ? ਮੇਰਾ ਵੀਰਾ ਗੁੰਮ ਗਿਆ, ਵੀਰਾ ਗੁੰਮ ਹੋ ਗਿਆ, ਵੀਰਾ ਗੁੰਮ ਗਿਆ। ਹੁਣ ਸਾਡੇ ਨਾਲ ਮੌਜੂਦ ਨੇ ਮਨਿੰਦਰ ਦੀ ਭੈਣ ਪ੍ਰਭਜੋਤ ਕੌਰ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਤੁਹਾਡੇ ਆਪਣੇ ਭਰਾ ਦੀ ਹੈਲਪ ਕਰ ਰਹੇ ਹੋ, ਦੇਖ ਰਿਹਾ ਪੂਰਾ ਪਰਿਵਾਰ ਮਿਲ ਕੇ ਹੈਲਪ ਕਰ ਰਿਹਾ, ਤੁਹਾਡਾ ਵੀ ਇਸ 'ਚ ਸ਼ੌਂਕ ਸੀ ਜਾਂ ਕਿਵੇਂ ਆਉਣਾ ਹੋਇਆ ਭਰਾ ਦੀ ਹੈਲਪ ਕਰਨ? ਨਹੀਂ ਐਕਚੁਲੀ ਕਿ ਮੈਂ ਤਾਂ ਜੋਬ ਵਰਕਿੰਗ ਸੀਗੀ ਅਤੇ ਕੁਛ ਸਰਕਮਸਟਾਂਸਿਸ ਕਰੋਨਾ ਦੀ ਵਜ੍ਹਾ ਤੋਂ ਇੱਦਾਂ ਦੇ ਹੋ ਗਏ ਸੀਗੇ ਅਤੇ ਫਿਰ ਪਾਪਾ ਥੋੜ੍ਹਾ ਬਲਾਇੰਡ ਹੋ ਗਏ ਸੀਗੇ, ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਸੀ ਅਤੇ ਉਹ ਕਰ ਰਹੇ ਸੀਗੇ ਕੰਮ, ਤਾਂ ਫਿਰ ਮੈਂ ਸਟਾਰਟ ਕਰ ਲਿਆ ਸੀ ਪਾਪਾ ਦੇ ਨਾਲ। ਫਿਰ ਹੌਲੀ ਹੌਲੀ ਬ੍ਰਦਰ ਨੂੰ ਜਦੋਂ ਕੰਮ ਮਿਲਣਾ ਬੰਦ ਹੋ ਗਿਆ ਫਿਰ ਬ੍ਰਦਰ ਨੇ ਵੀ ਸਾਨੂੰ ਜੁਆਇਨ ਕਰ ਲਿਆ। ਫਿਰ ਅਸੀਂ ਆਪਣੇ ਹੀ ਸੈਟਅਪ ਨੂੰ ਥੋੜ੍ਹਾ ਜਿਹਾ ਹੋਰ, ਬ੍ਰਦਰ ਦੇ ਮਤਲਬ ਉਹਨਾਂ ਨੂੰ ਨੌਲੇਜ ਇਸ ਚੀਜ਼ ਦੀ, ਸਾਰਾ ਇਹ ਸਾਰਾ ਕੁਝ ਮੈਨੇਜਮੈਂਟ ਜਿਹੜੀ ਉਹ ਬ੍ਰਦਰ ਦੀ ਹੀ ਹੈ। ਹਾਂਜੀ ਦੇਖਿਆ ਉਹਨਾਂ ਨੂੰ ਵੈਲੀ ਕਹਿੰਦੇ, ਉਹਨਾਂ ਦਾ ਨਾਮ ਘਰੇ ਵੈਲੀ ਹੈ ਕਿ ਕਿਵੇਂ ਕਹਿੰਦੇ ਹੋ? ਹਾਂਜੀ ਉਹਨਾਂ ਦਾ ਘਰ ਦਾ ਨਾਮ ਵੈਲੀ ਹੈ। ਹਾਂਜੀ ਕਿਉਂ ਰੱਖਿਆ ਤੁਸੀਂ ਸੀਗੇ ਜ਼ਿਆਦਾ ਛੋਟੇ ਹੁੰਦੇ? ਐਕਚੁਲੀ ਜਦੋਂ ਇਹ ਹੋਇਆ ਸੀ ਨਾ ਤਾਂ ਡਾਕਟਰਸ ਨੇ ਹੀ ਮਤਲਬ ਜਦੋਂ ਹੋਇਆ ਤਾਂ ਡਾਕਟਰ ਦੇ ਮੂੰਹ 'ਚੋਂ ਹੀ ਨਿਕਲਿਆ ਲੋ ਵੀ ਵੈਲੀ ਪੈਦਾ ਹੋ ਗਿਆ, ਤਾਂ ਉਹ ਫਿਰ ਪਾਪਾ ਨੂੰ ਲੱਗਿਆ ਕਿ ਚਲੋ ਇਹੀ ਨਾਮ ਰੱਖ ਦਿੰਦੇ ਹਾਂ। ਹਾਂਜੀ ਭੈਣਾਂ ਮੈਂ ਦੇਖਿਆ ਨਾ ਹਰੇਕ ਭੈਣ ਦਾ ਆਪਣੇ ਭਰਾਵਾਂ ਲਈ ਬੜਾ ਸੁਪਨਾ ਹੁੰਦਾ, ਉਹਨੂੰ ਮੈਨੂੰ ਵੀ ਜਿਵੇਂ ਹੁੰਦਾ ਨਾ ਕਿ ਮੇਰਾ ਕੰਮ ਹੋਵੇ ਨਾ ਹੋਵੇ ਭਰਾ ਦਾ ਜ਼ਰੂਰ ਹੋਣਾ ਚਾਹੀਦਾ ਹੈ ਨਾ, ਤਾਂ ਤੁਹਾਡੇ ਆਪਣੇ ਭਰਾ ਨੂੰ ਲੈ ਕੇ ਕੀ ਸੁਪਨੇ ਆ? ਮੈਨੂੰ ਵੀ ਇਹੀ ਹੈ ਕਿ ਅਗਰ ਜਿਹੜਾ ਵੀ ਮਤਲਬ ਬ੍ਰਦਰ 'ਤੇ ਥੋੜ੍ਹਾ ਬਹੁਤ ਕਰਜ਼ਾ ਜਿਹਾ ਹੈਗਾ ਅਤੇ ਆਪਾਂ ਸਾਰਾ ਪਰਿਵਾਰ ਮਿਲ ਕੇ ਇੱਕ ਵਾਰ ਉਹਨਾਂ ਨੂੰ ਫ੍ਰੀ ਕਰ ਦਈਏ ਅਤੇ ਉਸ ਤੋਂ ਬਾਅਦ ਫਿਰ ਨਵੀਂ ਸ਼ੁਰੂਆਤ ਹੋ ਜੂਗੀ, ਫਿਰ ਜਿਵੇਂ ਵੀ ਬ੍ਰਦਰ ਨੂੰ ਠੀਕ ਲੱਗਿਆ ਆਪਣਾ, ਜੇ ਤਾਂ ਇੰਡਸਟਰੀ ਤੋਂ ਉਹਨਾਂ ਨੂੰ ਕੰਮ ਮਿਲ ਗਿਆ ਫਿਰ ਤਾਂ ਵੈਲ ਐਂਡ ਗੁੱਡ ਹੈ, ਨਹੀਂ ਤਾਂ ਅਸੀਂ ਆਪਣੇ ਕੰਮ ਨੂੰ ਹੀ ਹੋਰ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ ਮਿਲ ਕੇ,
ਬ੍ਰਦਰ ਸਿਸਟਰ ਮੰਮਾ ਪਾਪਾ ਮੇਰੇ ਭਾਬੀ ਹੈ ਸਾਰੇ ਹੈ ਨਾਲ ਸਾਡੇ ਅਤੇ ਫੈਮਿਲੀ ਸਪੋਰਟ ਪੂਰੀ ਹੈ ਬ੍ਰਦਰ ਨੂੰ ਜਿਵੇਂ ਉਹਨਾਂ ਨੂੰ ਠੀਕ ਲੱਗੂਗਾ ਅੱਗੇ ਜੇ ਉਹ ਜਾਣਾ ਚਾਹੁੰਦੇ ਵਾਪਸ ਇੰਡਸਟਰੀ 'ਚ ਤਾਂ ਉਹਨਾਂ ਦਾ ਖੁਦ ਦਾ ਡਿਸੀਜ਼ਨ ਰਹੇਗਾ ਉਹ ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ